ਮੈਂ ਜਾਨਵੀ। ਮੈਂ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਮੈਂ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਸਮਾਧਾਨ ਕੇਂਦਰ ਲੋਕਾਂ ਦੇ ਲਈ ਬਣਾਇਆ ਗਿਆ। ਮੈਂ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀ, ਪੋਤਿਆਂ ਦਾ ਹੁਣ ਤਨ ਮਨ ਧਨ ਨਾਲ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਨਿਆਂ ਦੀ ਜਦੋਂ ਸ਼ਹੀਦੀ ਹੋਈ ਆ, ਉਹਨਾਂ ਦਾ ਅਸੀਂ ਦੇਣਾ ਦੇ ਨਹੀਂ ਸਕਦੇ। ਨਾ ਕਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਜਾਨਵੀ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਚੈਨਲ U24 ਲਾਈਵ 'ਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹੈ, ਤਾਂ ਤੁਸੀਂ ਜਗ੍ਹਾ ਜਗ੍ਹਾ 'ਤੇ ਬ੍ਰੈਡ ਦਾ, ਰੋਟੀ ਦਾ ਲੰਗਰ ਤਾਂ ਦੇਖਿਆ ਹੀ ਹੋਏਗਾ, ਪਰ ਇੱਥੇ ਦਵਾਈਆਂ ਦਾ ਲੰਗਰ ਵੀ ਲੱਗਿਆ, ਤਾਂ ਆਓ ਤੁਹਾਡੀ ਇਹਨਾਂ ਨਾਲ ਗੱਲ ਕਰਵਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਡਾਕਟਰ ਪ੍ਰੀਤਮ ਸਿੰਘ ਕੌਰ ਜੀ ਵਾਲਾ। ਤੇ ਤੁਸੀਂ ਜਿਵੇਂ ਦਵਾਈਆਂ ਦਾ ਲੰਗਰ ਲਾਇਆ, ਉਹਦੇ ਬਾਰੇ ਕੀ ਦੱਸਣਾ ਚਾਹੋਗੇ? ਮੈਡਮ, ਜਿੰਨੇ ਵੀ ਇੱਧਰੋਂ ਮਾਨਸਾ ਬਠਿੰਡੇ ਵੱਲੋਂ ਬਹੁਤ ਦੂਰ ਰੇਡਿਆਂ ਤੋਂ, ਹਰਿਆਣੇ ਵੱਲੋਂ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ। ਆਉਂਦੇ ਆਉਂਦੇ ਕਈ ਵਾਰੀ ਬੱਚਿਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ, ਕਿਸੇ ਨੂੰ ਦਸਤ ਲੱਗ ਜਾਂਦੇ ਨੇ, ਕਿਸੇ ਨੂੰ ਵੋਮਿਟਿੰਗ ਹੋ ਜਾਂਦੀ ਹੈ, ਉਲਟੀ ਲੱਗ ਜਾਂਦੀ ਹੈ, ਕਿਸੇ ਨੂੰ ਕਿਸੇ ਦੇ ਪੇਟ ਦਰਦ ਦਾ, ਪੇਟ ਗੈਸ ਆ, ਜਾਂ ਕਿਸੇ ਦੇ ਸਿਰ ਦਰਦ ਆ, ਜਾਂ ਸਰੀਰ ਦਰਦ ਆ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੁੰਦੀ ਆ ਆਉਂਦੇ ਜਾਂਦਿਆਂ ਨੂੰ, ਉਹਨਾਂ ਨੂੰ ਲੰਗਰ ਤਾਂ ਮਿਲ ਜਾਂਦੇ ਨੇ, ਪਰ ਉਹਨਾਂ ਨੂੰ ਦਵਾਈਆਂ ਦੀ ਜਿਹੜੀ ਫਸਟ ਏਡ ਨਹੀਂ ਮਿਲਦੀ ਹੈਗੀ। ਸਾਡੇ ਹਰੇਕ ਤਰ੍ਹਾਂ ਦੀ ਤਰ੍ਹਾਂ ਅਸੀਂ ਇਸ ਇੱਥੇ ਦੀਪਨਗਰ ਵੱਲੋਂ ਸੰਗਤਾਂ ਵੱਲੋਂ ਸਹਿਯੋਗ ਨਾਲ, ਡਾਕਟਰ ਬਲਵੀਰ ਸਿੰਘ ਦੇ ਸਹਿਯੋਗ ਦੇ ਨਾਲ, ਇਹ ਅਸੀਂ ਮੈਡੀਕਲ ਕੈਂਪ ਲਾਇਆ, ਜਿਹਦੇ ਵਿੱਚ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਪ੍ਰੋਬਲਮ ਹੁੰਦੀ ਆ, ਉਹ ਹੁਣ ਤੁਹਾਡੇ ਸਾਹਮਣੇ ਹੀ ਆ ਕਿਵੇਂ ਕਿੰਨੀਆਂ ਸੰਗਤਾਂ ਨੇ ਜਿਹੜੀਆਂ ਉਹ ਮੈਡੀਸਨ ਲੈ ਕੇ ਗਈਆਂ ਨੇ, ਅਤੇ ਉਹ ਜਦੋਂ ਉਹਨਾਂ ਦਾ ਦਰਦ ਠੀਕ ਹੋ ਜਾਂਦਾ ਤਾਂ ਵਾਹਿਗੁਰੂ ਦਾ ਜਾਪ ਕਰਦੇ ਆ, ਚੰਗੀ ਤਰ੍ਹਾਂ ਦਰਸ਼ਨ ਕਰ ਸਕਦੇ ਨੇ। ਤੁਹਾਡਾ ਨਾਮ? ਗੁਰਮੁਖ ਸਿੰਘ ਪ੍ਰਧਾਨ। ਇਹ ਜਿਹੜਾ ਲੰਗਰ ਲੱਗਿਆ, ਇਹ ਕਿਹਦੇ ਦੁਆਰਾ ਲਗਾਇਆ ਗਿਆ? ਇਹ ਜੀ ਸਾਡੇ 3 ਕਲੋਨੀਆਂ ਨੇ, ਦੀਪਨਗਰ ਕਲੋਨੀ ਅਤੇ ਉਸਦੇ ਨਾਲ ਆਨੰਦ ਨਗਰ ਏ ਅਤੇ ਏਕਤਾ ਵਿਹਾਰ ਅਤੇ ਐਕਸਟੈਂਸ਼ਨ, ਸਾਰੇ ਜਾਣੀ ਕਿ ਇਲਾਕੇ ਵੱਲੋਂ ਹੀ ਲੰਗਰ ਲਾਇਆ ਜਾਂਦਾ। ਅਤੇ ਇਸ ਲੰਗਰ ਦੇ ਵਿੱਚ ਸਾਹਿਬਜ਼ਾਦਾ ਸ਼੍ਰੀ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਦੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਸ਼ਹੀਦੀ ਪੁਰਬ ਮਨਾਏ ਜਾਂਦੇ ਹਨ, ਇਸੇ ਸੰਬੰਧ ਵਿੱਚ ਅਸੀਂ 15 ਸਾਲ ਤੋਂ ਆਪਣਾ ਲੰਗਰ ਸਰਹੰਦ ਰੋਡ 'ਤੇ ਸਿਮਰਨ ਪੈਲਸ ਵਿੱਚ ਲਗਾ ਰਹੇ ਹਾਂ, ਅਤੇ ਅੱਜ ਵੀ ਲਗਾਇਆ ਹੋਇਆ ਹੈ, ਕੱਲ੍ਹ ਵੀ ਸੀਗਾ, ਅੱਜ ਵੀ, ਕੱਲ੍ਹ ਨੂੰ ਵੀ ਹੈ। ਅਤੇ ਸੰਗਤ ਆਉਂਦੀ ਹੈ, ਪ੍ਰਸ਼ਾਦਾ ਛਕਦੀ ਹੈ, ਅਤੇ ਰੱਬ ਦੇ ਗੁਣ ਗਾ ਕੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਂਦੇ ਨੇ। ਅਤੇ ਕੋਈ ਕਿਸੇ ਕਿਸਮ ਦੀ ਸੱਚੇ ਪਾਤਸ਼ਾਹ ਵੱਲੋਂ ਕੋਈ ਤੋਟ ਨਹੀਂ ਆ ਰਹੀ, ਅਤੇ ਬਾਕੀ ਅਸੀਂ ਸਿਰ ਤੋੜ ਮਿਹਨਤ ਕਰਕੇ ਇਹ ਲੰਗਰ ਨੂੰ ਵੱਧ ਤੋਂ ਵੱਧ ਸਕਸੈਸ ਕਰ ਰਹੇ ਹਾਂ ਦਿਨ ਪਰ ਦਿਨ। ਅਸੀਂ ਜੋ ਹੈ ਅੱਗੇ ਨੂੰ ਵੀ ਜੋ ਵੀ ਸਾਨੂੰ ਸੇਵਾ ਮਿਲਦੀ ਹੈ ਤਾਂ ਤਨ ਮਨ ਧਨ ਨਾਲ ਸੇਵਾ ਕਰਾਂਗੇ। ਹਾਂਜੀ, ਬੱਸਾਂ ਇਸ ਤੋਂ ਬਾਅਦ ਇੱਕ ਸਾਡੀ ਬੱਸ ਡੇਲੀ ਆਉਂਦੀ ਆ ਸੰਗਤ ਨੂੰ ਲੈ ਕੇ, ਅਤੇ ਸ਼ਾਮ ਨੂੰ 5 ਵਜੇ ਇੱਥੋਂ ਵਾਪਸ ਲੈ ਕੇ ਜਾਂਦੀ ਆ, ਅਤੇ ਬਾਕੀ 2 ਬੱਸਾਂ ਜਦੋਂ ਲੰਗਰ ਦੀ ਸਮਾਪਤੀ ਹੋ ਜੂਗੀ 29 ਤਰੀਕ ਨੂੰ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਲਿਜਾਈਆਂ ਜਾਣਗੀਆਂ। ਸੰਗਤ ਜਿਹੜੀ ਹੈ ਜੋ ਸੇਵਾ ਕਰਦੀ ਆ, ਬਾਕੀ ਜੋ ਨਹੀਂ ਜਾ ਸਕਦਾ ਆਪਣੇ ਕਨਵਿੰਸ 'ਤੇ, ਅਤੇ ਉਹ ਬੰਦਾ ਉੱਥੇ ਮੱਥਾ ਟੇਕਣ ਨਮਸਤਕ ਹੋਣ ਵਾਸਤੇ ਜਾਊਗਾ।
ਅਤੇ ਕਿਰਪਾ ਕਰਕੇ ਸਾਡਾ ਜੋ ਅੰਨ ਪਾਣੀ ਹੈ ਇਹ ਬਹੁਤ ਹੀ ਵਧੀਆ ਹੈ। ਸੱਚੇ ਪਾਤਸ਼ਾਹ ਦੀ ਮਿਹਰ ਹੈ, ਗੁਰੂ ਸਾਹਿਬ ਦੀ ਮਿਹਰ ਹੈ। ਅਤੇ ਅਸੀਂ ਜੋ ਵੀ ਬਾਹਰ ਕੈਂਪ ਲੱਗਿਆ ਹੋਇਆ ਦਵਾਈਆਂ ਦਾ, ਅਤੇ ਦਵਾਈਆਂ ਵੀ ਫਰੀ ਦਿੱਤੀਆਂ ਜਾਂਦੀਆਂ ਹਨ। ਅਤੇ ਉਸ ਤੋਂ ਬਾਅਦ ਨਾਲ ਸਿਮਰਨ ਪੈਲਸ ਹੈ, ਉਹਨਾਂ ਦਾ ਵੱਡਾ ਸਹਿਯੋਗ ਹੈ ਸਾਨੂੰ। ਬਹੁਤ ਹੀ ਉਹਨਾਂ ਨੂੰ ਲਾਈਟ, ਪਾਣੀ, ਟੈਂਟ ਐਰਾ ਵਗੈਰਾ ਸਾਰਾ ਕੁਛ ਉਹਨਾਂ ਨੇ ਮੁਹੱਈਆ ਕਰਾਇਆ। ਬਾਕੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਅੱਗੇ ਵਾਸਤੇ ਵੀ ਇਹ ਮਨਾਉਣ ਵਾਸਤੇ ਸਾਨੂੰ ਮੌਕਾ ਦੇਣ, ਅਸੀਂ ਇਸ ਨੂੰ ਹੋਰ ਅਤੇ ਹੋਰ ਵੀ ਵਧੀਆ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ? ਗੁਰਦੇਵ ਕੌਰ ਜੀ। ਤੁਸੀਂ ਕੀ ਇਸ ਲੰਗਰ ਚ ਸੇਵਾ? ਇਸ ਲੰਗਰ 'ਚ ਜੀ ਪਹਿਲਾਂ ਮਾਤਾ ਗੁਜਰ ਕੌਰ ਜੀ ਨੇ ਪਤੀ ਸ਼ਹੀਦ ਕਰਵਾਇਆ, ਸੀਸ ਦਿੱਤਾ ਪਤੀ ਦਾ, ਫਿਰ ਘਰ ਉੱਜੜ ਗਿਆ ਉਹਨਾਂ ਦਾ, ਫਿਰ ਉਹਨਾਂ ਨੇ ਪੋਤੇ ਵਾਰੇ, ਸਾਰਾ ਪਰਿਵਾਰ ਉੱਜਿਆ ਸ਼ਹੀਦੀ, ਫਿਰ ਬੱਚੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਅਤੇ ਉਹਨਾਂ ਕਰਕੇ ਆ ਲੰਗਰ ਲੱਗਾ ਹੋਇਆ ਜੀ। ਹਾਂਜੀ, ਉਹਨਾਂ ਦੀ ਯਾਦ ਵਿੱਚ ਅਸੀਂ ਸੇਵਾ ਹਰ ਸਾਲ ਇੱਥੇ ਲੰਗਰ ਲਾਉਂਦਿਆਂ ਨੂੰ ਬੜੇ ਧੂਮਧਾਮ ਨਾਲ ਲੰਗਰ ਲਾ ਰਹੇ ਹਾਂ ਜੀ। ਸਾਨੂੰ ਇਸ ਦੇ ਵਿੱਚ ਸਾਡੇ ਸਾਰੇ ਯਾਨੀ ਕਿ ਦੀਪਨਗਰ, ਆਨੰਦ ਨਗਰ ਸਾਰੇ ਸਹਿਯੋਗ ਦਿੰਦੇ ਆ ਜੀ ਸਾਨੂੰ, ਠੀਕ ਹੈ। ਅਤੇ ਬੜੇ ਹੀ ਚਾਅ ਅਤੇ ਬੜੇ ਉਸ਼ਾਹ ਨਾਲ ਅਸੀਂ ਲੰਗਰ ਲਾਉਂਦੇ ਹਾਂ ਜੀ ਇੱਥੇ, ਹੈ ਨਾ, ਕਿਉਂਕਿ ਸਾਰੇ ਸਾਡੇ ਨਾਲ ਹੈ ਜੀ, ਹੈ ਨਾ ਜੀ, ਕਿਉਂਕਿ ਇਕੱਲਾ ਬੰਦਾ ਤਾਂ ਕੁਛ ਨਹੀਂ ਗਾ ਸਕਦਾ ਜੀ, ਹੈ ਨਾ ਜੀ। ਅਤੇ ਇਸ ਕਰਕੇ ਅਸੀਂ ਬੜੇ ਪਿਆਰ ਨਾਲ, ਕੋਈ ਸਾਡਾ ਲੜਾਈ ਝਗੜਾ ਕੁਛ ਨਹੀਂ ਹੁੰਦਾ ਜੀ, ਅਸੀਂ ਬੜੇ ਹੀ ਸ਼ੌਂਕ ਅਤੇ ਬੜੇ ਪਿਆਰ ਨਾਲ ਲੰਗਰ ਲਾਉਂਦੇ ਹਾਂ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਵੀ ਅਸੀਂ ਆਏ ਸਾਲ ਸਾਨੂੰ ਹਿੰਮਤ ਬਖਸ਼ੋ, ਆਓ ਇਸੇ ਤਰ੍ਹਾਂ ਹੀ ਅਸੀਂ ਲੰਗਰ ਲਾਉਂਦੇ ਰਹੀਏ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਨਾਲੋਂ ਪਹਿਲਾਂ ਛੋਟਾ ਓਲੇ ਹੋ ਗਿਆ, ਵੱਡੇ ਨਾਲੋਂ ਪਹਿਲਾਂ ਛੋਟਾ ਓਲੇ ਹੋ ਗਿਆ। ਡਿੱਗੀ ਸੀ ਦੀਵਾਰ, ਦੋਵੇਂ ਥੱਲੇ ਆ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਡਿੱਗੀ ਸੀ ਦੀਵਾਰ, ਦੋਵੇਂ ਥੱਲੇ ਆ ਗਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਸੁਨੀਲ ਹੈ ਜੀ। ਤੁਸੀਂ ਅੱਜ ਲੰਗਰ ਲਾਇਆ, ਕਿਸ ਉਪਦੇਸ਼ 'ਚ ਅਤੇ ਕਿਹਨੇ ਲੰਗਰ ਲਾਇਆ? ਮੈਮ, ਜਿਵੇਂ ਦੇਖੋ ਤੁਹਾਨੂੰ ਪਤਾ ਹੈ ਕਿ ਅੱਜ ਜੋ ਪੋਹ ਦਾ ਮਹੀਨਾ ਚੱਲ ਰਿਹਾ ਹੁੰਦਾ ਹੈ, ਆਪਣੇ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸੀਗੇ, ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ, ਤਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਅੱਗੇ ਸਿਰ ਝੁਕਾਉਣ ਲਈ ਅਸੀਂ ਇਹ ਲੰਗਰ ਲਗਾਇਆ। ਅਤੇ ਇਹ ਲੰਗਰ ਅਸੀਂ ਕਿਸੇ ਸੰਸਥਾ ਵੱਲੋਂ ਨਹੀਂ ਹੈ, ਅਸੀਂ ਫਰੈਂਡ ਸਰਕਲ ਹੈ ਸਾਡਾ, ਅਤੇ ਅਸੀਂ ਮਿਲ ਕੇ ਇਹ ਉਪਰਾਲਾ ਕੀਤਾ ਤਾਂ ਕਿ ਕੁਛ ਜੋ ਲੋੜਵੰਦ ਹੈਗੇ ਆ ਲੋਕ, ਉਹਨਾਂ ਦੇ ਮੂੰਹ 'ਤੇ ਅੰਨ ਦਾ ਦਾਣਾ ਜਾ ਸਕੇ। ਅਤੇ ਆਈ ਥਿੰਕ ਕਿ ਸਾਡੇ ਲਈ ਇਹੀ ਪ੍ਰਾਪਤੀ ਹੈਗੀ ਹੈ, ਜੇ ਕਿਸੇ ਭੁੱਖੇ ਦੇ ਢਿੱਡ 'ਤੇ ਕੁਛ ਗਿਆ ਸਾਡੇ ਵੱਲੋਂ। ਅਤੇ ਤੁਸੀਂ ਜਿਵੇਂ ਅੱਜ ਦੀ ਯੂਥ ਹੈ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਮ, ਦੇਖੋ ਅੱਜ ਦਾ ਜੋ ਸਿਨੈਰੀਓ ਹੈ, ਜੋ ਪੰਜਾਬ ਦਾ ਅਸੀਂ ਯੂਥ ਦੇਖ ਰਹੇ ਹਾਂ, ਇਹ ਜ਼ਿਆਦਾ ਨਸ਼ਿਆਂ ਵੱਲ ਤੁਰਿਆ ਹੋਇਆ, ਤਾਂ ਮੈਨੂੰ ਲੱਗਦਾ ਕਿ ਅਸੀਂ ਅਗਰ ਸਿੱਖੀ ਵੱਲ ਸਪੈਸ਼ਲੀ, ਤੁਸੀਂ ਕਿਸੇ ਧਰਮ ਨੂੰ ਟਾਰਗੇਟ ਨਾ ਕਰੋ, ਤੁਸੀਂ ਉਹਨਾਂ ਦੀ ਸਿੱਖਿਆਵਾਂ 'ਤੇ ਰਹੋ, ਚਾਹੇ ਤੁਸੀਂ ਹਿੰਦੂਇਜ਼ਮ ਨੂੰ ਮੰਨੋ, ਚਾਹੇ ਕ੍ਰਿਸਚੈਨਿਟੀ ਨੂੰ ਮੰਨੋ, ਚਾਹੇ ਸਿੱਖੀਜ਼ਮ ਨੂੰ ਮੰਨੋ, ਪਰ ਮੇਰਾ ਮੰਨਣਾ ਇਹ ਹੈ ਕਿ ਅਗਰ ਤੁਸੀਂ ਕਿਸੇ ਧਰਮ ਨੂੰ ਨਾ ਟਾਰਗੇਟ ਕਰਕੇ ਜੇ ਉਹਨਾਂ ਦੀ ਸਿੱਖਿਆਵਾਂ ਉੱਤੇ ਚੱਲਦੇ ਹੋ, ਤਾਂ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਬੀਇੰਗ ਅ ਯੂਥ, ਸਾਨੂੰ ਇਹ ਚੀਜ਼ ਸਿੱਖਣਾ ਚਾਹੀਦਾ ਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਕੀ ਸਿਖਾ ਕੇ ਗਏ ਸੀ। ਉਹਨਾਂ ਦੇ ਸਾਹਿਬਜ਼ਾਦਿਆਂ ਨੇ ਸਾਨੂੰ ਸਿਖਾਇਆ ਸੀ ਕਿ ਅਸੀਂ ਕੁਰਬਾਨੀ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ, ਜੋ ਉਸ ਟਾਈਮ ਮੁਗਲਾਂ ਤੋਂ ਸੀਗੀ,
ਉਸੇ ਰਾਹ ਦੇ ਉੱਤੇ ਅੱਗੇ ਚੱਲਦੇ ਹੋਏ ਭਗਤ ਸਿੰਘ ਹੋਣਾ ਨੇ ਵੀ ਆਹੀ ਰਾਹ ਚੁਣਿਆ ਸੀ ਅਤੇ ਆਜ਼ਾਦੀ ਪ੍ਰਾਪਤ ਕੀਤੀ ਅਤੇ ਕਿਤੇ ਨਾ ਕਿਤੇ ਅੱਜ ਵੀ ਸਾਨੂੰ ਆਜ਼ਾਦ ਹੋਣ ਦੀ ਲੋੜ ਹੈ। ਬਸ ਫਰਕ ਇਹ ਹੈ ਉਦੋਂ ਮੁਗਲ ਸੀਗੇ ਹੁਣ ਨਸ਼ਾ। ਜੋ ਬੋਲੇ ਸੋ ਨਿਹਾਲ ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਕੜੀਆਂ ਵੇ ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ। ਮੈਂ ਤਰਜ ਵੀ ਉਸ ਸਰਲ ਭਾਸ਼ਾ 'ਚ ਜਿਵੇਂ ਲੋਕ ਗਾ ਸਕਦੇ ਨੇ ਤਾਂ ਕਿ ਉਹ ਮਾਹੌਲ ਥੋੜ੍ਹਾ ਸਿਰਜਿਆ ਜਾਏ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਭਾਈ ਸੰਤੋਖ ਸਿੰਘ ਰੱਬ ਜੀ। ਇਹ ਲੰਗਰ ਕਿਸ ਦੁਆਰਾ ਲਗਾਇਆ ਗਿਆ? ਇਹ ਬਾਬਾ ਮਨਮੋਹਨ ਸਿੰਘ ਜੀ ਵੱਲੋਂ ਲਵਾਇਆ ਗਿਆ ਜੋ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ, ਕੈਂਡੀ ਵੀ ਇੱਥੇ ਚੱਲ ਰਹੀ ਆ। ਇਹ ਲੰਗਰ ਉਹਨਾਂ ਵੱਲੋਂ ਲਵਾਇਆ ਗਿਆ ਆ, ਸ਼ਹੀਦਾਂ ਦੀ ਯਾਦ ਵਿੱਚ ਲਵਾਏ ਗਏ ਜੀ। ਹਾਂਜੀ, ਵੇਖੋ ਜੀ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਵੀ ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਹੋਈ ਆ ਹੁਣ ਉਹ ਸੰਬੰਧ ਦੇ ਵਿੱਚ ਸਾਰੇ ਲੰਗਰ ਲੱਗੇ ਆ, ਉਹਨਾਂ ਦੀ ਯਾਦ ਵਿੱਚ ਹੀ ਸਾਰੇ ਜੋ ਕਿ ਜੋੜ ਮੇਲੇ ਲੱਗੇ ਆ ਉਹਨਾਂ ਦੇ ਸੰਬੰਧ ਵਿੱਚ ਹੀ ਲੰਗਰ ਆ। ਅਸੀਂ ਕਹਿੰਦੇ ਹਾਂ ਵੀ ਜਿੱਥੇ ਆਪਾਂ ਲੰਗਰ ਲਾਉਂਦੇ ਹਾਂ ਜਿੰਨੇ ਮਨੁੱਖਾਂ ਦੀ ਵੀ ਸੇਵਾ ਇੱਦਾਂ ਹੀ ਕਰੋ, ਕਿਉਂਕਿ ਪੰਥ ਦੇ ਵਿੱਚ ਏਕਤਾ ਕਰੋ, ਚੜ੍ਹਦੀ ਕਲਾ ਹੋਵੇ। ਆਪਾਂ ਨੂੰ ਕੁਝ ਨਾ ਕੁਝ ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਲੰਗਰਾਂ ਵਿੱਚੋਂ, ਕਿੰਨੇ ਆਪਾਂ ਪਿਆਰ ਦੇ ਨਾਲ ਲੰਗਰ ਮਨਾਉਂਦੇ ਹਾਂ। ਇਸੇ ਤਰ੍ਹਾਂ ਤਾਂ ਹੀ ਚੁਕੋਮ ਇਕੱਠੀ ਹੋ ਕੇ ਆਪਣੇ ਪੰਥ ਦੀ ਚੜ੍ਹਦੀ ਕਲਾ ਹੋਵੇ। ਜਿਵੇਂ ਕਿ ਗੁਰੂ ਜੀ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਸੀ ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ? ਹਾਂ ਬਿਲਕੁਲ, ਮਹਾਰਾਜ ਨੇ ਸਹੀ ਕੀਤੀ, ਗਲਤ ਥੋੜ੍ਹਾ ਕੀਤੀ। ਦੋ ਦਿਨ ਕੱਟਣ ਆਏ ਤੇਰੇ ਦੁਆਰੇ ਤੇ, ਦੋ ਦਿਨ ਕੱਟਣ ਆਏ ਤੇਰੇ ਦੁਆਰੇ ਵੇ, ਉਜੜੇ ਫਿਰਦੇ ਏ ਕਿਸਮਤ ਦੇ ਮਾਰੇ ਵੇ, ਉਜੜੇ ਫਿਰਦੇ ਏ ਕਿਸਮਤ ਦੇ ਮਾਰੇ ਵੇ, ਕਾਨੂੰ ਏ ਜਿੰਦਾਂ ਤੇਰੇ ਹੱਥ ਚੜੀਆਂ ਵੇ, ਕਾਨੂੰ ਏ ਜਿੰਦਾਂ ਤੇਰੇ ਹੱਥ ਚੜੀਆਂ ਵੇ, ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੇਰਾ ਨਾਮ ਅਜੈਬ ਸਿੰਘ ਆ ਜੀ, ਪਿੰਡ ਹਰਦਾਸਪੁਰ ਤੋਂ, ਵਿਧ ਸੰਗਤ ਸਾਰੀ। ਜਿਵੇਂ ਕਿ ਅੱਜ ਲੰਗਰ ਲੱਗਿਆ ਹੈ, ਇਹਦਾ ਕੀ ਉਪਰਾਲਾ ਹੈ, ਜਿਵੇਂ ਕਿ ਕਿਸ ਵੱਲੋਂ ਲਗਾਇਆ ਜਾ ਰਿਹਾ ਹੈ? ਇਹ ਉਪਰਾਲਾ ਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਡੀ ਸੋਝੀ ਸੰਭੜ ਤੋਂ ਪਹਿਲਾਂ ਹੀ ਸਾਡੇ ਬਜ਼ੁਰਗ ਜੋ ਲਾਉਂਦੇ ਆ ਰਹੇ ਨੇ ਜੀ ਇੱਥੇ ਹਰ ਸਾਲ ਪਿੰਡ ਦੇ ਵਿੱਚ। ਸਾਨੂੰ ਤਕਰੀਬਨ 52-53 ਸਾਲ ਦੀ ਸਾਡੀ ਉਮਰ ਹੋ ਗਈ ਜੀ, ਜਿਵੇਂ ਸਾਤ ਤੋਂ ਪਹਿਲਾਂ ਦੀ ਸੋਝੀ ਤੋਂ ਹੀ ਸਾਡੇ ਬਜ਼ੁਰਗ ਇੱਥੇ ਹਰ ਸਾਲ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ, ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਪਿੰਡ ਹਰਦਾਸਪੁਰ ਵੱਲੋਂ ਅਤੇ ਬਾਬਾ ਫਰੀਦ ਵੈਲਫੇਅਰ ਕਲੱਬ ਵੱਲੋਂ ਇਹ ਲੰਗਰ ਲਾਇਆ ਜਾਂਦਾ ਜੀ ਉਹਨਾਂ ਦੀ ਯਾਦ। ਸ਼ਹੀਦੀ ਦਿਹਾੜਿਆਂ ਨੂੰ ਅਸੀਂ ਨਮਨ ਕਰਦੇ ਹਾਂ ਜੀ, ਪਹਿਲਾਂ ਤਾਂ ਉਹ ਨਿੱਕੀਆਂ ਜਿੰਦਾਂ ਵੱਡੇ ਛੱਕ ਕੇ ਉਹਨਾਂ ਨੂੰ ਨਮਨ ਕਰਦੇ ਹਾਂ ਜੀ ਅਸੀਂ, ਜੋ ਸਾਡੇ ਵਾਸਤੇ ਉਹਨਾਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਦਿੱਤੀਆਂ ਪਰ ਲਾਲਚ ਤੋਂ ਮੂੰਹ ਮੋੜਿਆ ਉਹਨਾਂ ਨੇ। ਉਹੀ ਅਸੀਂ ਆਪਣੇ ਬੱਚੇ ਸਾਡੇ ਜੋ ਛੋਟੇ ਛੋਟੇ ਨੇ ਇਹਨਾਂ ਨੂੰ ਹੁਣ ਉਸ ਲਾਈਨ 'ਤੇ ਤੋਰ ਰਹੇ ਹਾਂ ਜੀ, ਇਹਨਾਂ ਨੂੰ ਲੰਗਰ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੇ ਵਿੱਚ। ਹੁਣ ਛੋਟੇ ਬੱਚਿਆਂ ਨੂੰ ਅਸੀਂ ਉਹੀ ਛੋਟੇ ਸਾਹਿਬਜ਼ਾਦਿਆਂ ਦੀ ਸਿੱਖਿਆ ਦਿੰਦੇ ਹਾਂ,
ਵੀ ਜਿੱਦਾਂ ਉਹਨਾਂ ਨੇ ਲਾਲਚ ਨੂੰ ਠਕਰਾ ਕੇ ਆਪਣੇ ਕੌਮ ਵਾਸਤੇ ਐਡਾ ਬਲੀਦਾਨ ਧਰਮ ਵਾ ਸਾਡੇ ਰੱਖਿਆ ਕਰ ਕੀਤੀ ਆ ਜੀ ਛੋਟੇ ਸਾਹਿਬਜ਼ਾਦਿਆਂ ਨੇ, ਇਹੀ ਅਸੀਂ ਬੱਚਿਆਂ ਨੂੰ ਸ਼ਿਕਸ਼ਾ ਦਿੰਦੇ ਹਾਂ ਵੀ ਉਹਨਾਂ ਦੇ ਦਿੱਤੇ ਕਰਮਾਂ ਦੇ ਬਚਨਾਂ 'ਤੇ ਚੱਲਣਾ ਜੀ। ਅਤੇ ਤੁਸੀਂ ਜਿਹੜੀ ਅੱਜ ਦੇ ਯੂਥ ਹੈ ਲੋਕ ਹੈ ਨਾ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਤਾਂ ਜੀ ਅਸੀਂ ਪਹਿਲਾਂ ਇਹੀ ਦਿੰਦੇ ਹਾਂ ਵੀ ਸਾਡੀ ਕੌਮ ਵਾਸਤੇ ਜੋ ਗੁਰੂ ਗੋਬਿੰਦ ਜੀ ਦਾ ਕਰਜ਼ਾ ਪਹਿਲਾਂ ਤਾਂ ਅਸੀਂ ਇਹ ਤਾਰ ਨਹੀਂ ਸਕਦੇ ਉਹਨਾਂ ਦਾ ਕਰਜ਼ਾ ਜੋ ਸਾਡੀ ਸਿੱਖ ਕੌਮ 'ਤੇ ਦਿੱਤਾ ਜੀ। ਅਸੀਂ ਇਹ ਜ਼ਰੂਰ ਸਾਡੇ ਬੱਚਿਆਂ ਨੂੰ ਦਿੰਦੇ ਹਾਂ ਵੀ ਉਹਨਾਂ ਦੇ ਦਿੱਤੇ ਕਰਮਾਂ ਤੋਂ ਜੇ ਉਹਨਾਂ ਨੂੰ ਸੇਧ ਦਿੱਤੀ ਆ ਸਾਨੂੰ ਆਪਣੇ ਹੱਕ ਵਾਸਤੇ ਲੜਨਾ ਸਿੱਖੋ ਅਤੇ ਅੱਗੇ ਵਾਸਤੇ ਜੋ ਪ੍ਰਚਾਰ ਆ ਸਿੱਖੀ ਦਾ ਵੱਧ ਤੋਂ ਵੱਧ ਕਰੋ, ਸਿੰਘ ਸਜੋ, ਲੰਗਰ ਵੰਡ ਕੇ ਛਕੋ, ਦੇਖ ਛਕ ਲਾਓ, ਜੋ ਨਾਰਾ ਵੀ ਆ ਗੁਰੂਆਂ ਜੀ ਦਾ ਵੰਡ ਛਕੋ ਖੰਡ ਛਕੋ ਭਾਈ। ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ, ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ, ਓਏ ਕੰਗੂ ਪਾਪੀਆ ਵੇ ਹਤਿਆਰਿਆ, ਓਏ ਕੰਗੂ ਪਾਪੀਆ ਵੇ ਹਤਿਆ। ਇਸ ਚੰਦਰੇ ਪਾਪੀ ਦਾ ਬੇੜਾ ਗਰਕ ਗਿਆ, ਇਸ ਚੰਦਰੇ ਪਾਪੀ ਦਾ ਬੇੜਾ ਗਰਕ ਗਿਆ, ਜਿਹੜੀ ਗੱਲ ਦਾ ਡਰ ਸੀ ਪਾਣਾ ਵਰਤ ਗਿਆ, ਜਿਹੜੀ ਗੱਲ ਦਾ ਡਰ ਸੀ ਪਾਣਾ ਵਰਤ ਗਿਆ, ਆ ਗਈਆਂ ਜੀਵਨ ਮੁਸ਼ਕਿਲ ਘੜੀਆਂ ਵੇ, ਆ ਗਈਆਂ ਜੀਵਨ ਦੀਆਂ ਮੁਸ਼ਕਿਲ ਘੜੀਆਂ ਵੇ, ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ, ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ। ਮੈਂ ਜਾਨਵੀ U24 ਲਾਈਵ ਦੇ ਚੈਨਲ ਵੱਲੋਂ ਤੁਹਾਨੂੰ ਸਭ ਨੂੰ ਲੈ ਕੇ ਆਈ ਹਾਂ ਫਤਿਹਗੜ੍ਹ ਸਾਹਿਬ, ਜਿੱਥੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਜੋੜ ਮੇਲਾ ਲੱਗਿਆ, ਤਾਂ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ। ਛੱਡੋ ਲੋਕੋ ਇਸ ਪਾਪੀ ਨੂੰ ਰੋਣਾ ਕੀ, ਛੱਡੋ ਲੋਕੋ ਪਾਪੀ ਨੂੰ, ਛੱਡੋ ਲੋਕੋ ਇਸ ਪਾਪੀ ਨੂੰ ਰੋਣਾ ਕੀ ਪਤਾ ਹੁਣ ਮਾਂ ਗੁਜ਼ਰੀ ਦਾ ਹੋਣਾ ਕੀ ਪਤਾ ਹੁਣ ਮਾਂ ਗੁਜ਼ਰੀ ਦਾ ਹੋਣਾ ਕੀ, ਹੁਣ ਨਹੀਂ ਮਿਲਣੀਆਂ ਜੋੜੀਆਂ ਜੋ ਵਿਛੜੀਆਂ ਵੇ, ਹੁਣ ਨਹੀਂ ਮਿਲਣੀਆਂ ਜੋੜੀਆਂ ਜੋ ਵਿਛੜੀਆਂ ਵੇ, ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ, ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ, ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਕੜੀਆਂ ਵੇ, ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਕੜੀਆਂ,
ਪੀਆ ਵੇ ਹਥਿਆਰਿਆ ਓਏ ਗੰਗੂ ਪਾਪੀਆ। ਜਗਦੀਪ ਸਿੰਘ, ਜ਼ਿਲ੍ਹਾ ਸੰਗਰੂਰ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਤੁਸੀਂ ਜਿਹੜੀ ਕਹਾਣੀ ਪੁੱਛ ਰਹੇ ਸੀ ਵੀ ਗੁਰੂ ਨਾਨਕ ਦੇਵ ਜੀ ਮੱਕੇ ਗਏ ਸੀ, ਮੱਕੇ ਮਦੀਨੇ, ਉੱਥੇ ਜਾ ਕੇ ਜਦੋਂ ਉਹਨਾਂ ਨੇ ਵੀ ਮੱਕੇ ਗਣੀ ਪੈਰ ਕਰ ਲਏ ਸੀ, ਜਦੋਂ ਪੈਰ ਕਰ ਲਏ ਮੱਕੇ ਦੇ, ਜਿਹੜਾ ਉਹਦਾ ਕਾਜ਼ੀ ਸੀਗਾ, ਕੋਈ ਕਾਜ਼ੀ ਕਹਿ ਸਕਦਾ ਜਾਂ ਆਪਣਾ ਕੋਈ ਉਹਦਾ ਮੇਨ ਹੋਊਗਾ, ਉਹ ਆ ਕੇ ਵੀ ਬਾਬਾ ਜੀ ਇੱਧਰ ਮੱਕਾ ਵੀ ਇੱਧਰ ਪੈਰ ਨਾ ਕਰੋ, ਉਹ ਕਹਿੰਦੇ ਵੀ ਜਿੱਧਰ ਨਹੀਂ ਹੈਗਾ ਪਰਮਾਤਮਾ ਵੀ ਉੱਧਰ ਕਰ ਦਿਉ। ਉਹਦਾ ਮਤਲਬ ਇਹ ਨਹੀਂ ਸੀਗਾ ਵੀ ਉੱਧਰ ਵੀ ਪਰਮਾਤਮਾ ਕਣ ਕਣ 'ਚ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਉੱਧਰ ਪੈਰ ਕਰਿਆ ਵੀ ਉੱਧਰ ਹੀ ਪਰਮਾਤਮਾ ਹੈ, ਸਾਰੇ ਕਿਤੇ ਪਰਮਾਤਮਾ ਆਪਣੇ ਕਣ ਕਣ 'ਚ, 33 ਕਰੋੜ ਆਪਣਾ ਵਾਹਿਗੁਰੂ, 84 ਲੱਖ ਜੂਣ ਹੈ ਹਰੇਕ 'ਚ, ਕਣ ਕਣ 'ਚ ਰੱਬ ਹੈ। ਅੰਡੇ ਜੇਰ 'ਚ ਸੇਤ ਯਕੀਨੀ, ਉਤਪਾ 'ਚ ਖਾਨ ਬਹੁਤ ਰਚਦੀਨੀ, ਅੰਡੇ 'ਚ ਅੰਡੇ ਤੋਂ ਪੈਦਾ ਹੋਣ ਵਾਲੀ, ਜੇਰ 'ਚ ਜੇਰ ਤੋਂ ਪੈਦਾ ਹੋਣ ਵਾਲੀ, 21 ਲੱਖ ਜੇਰ ਤੋਂ ਪੈਦਾ ਹੁੰਦੀ ਹੈ, 21 ਲੱਖ ਅੰਡੇ ਤੋਂ ਪੈਦਾ ਹੁੰਦੀ ਹੈ, 21 ਲੱਖ ਧਰਤੀ 'ਚੋਂ ਜਿਹੜੀ ਆਪਣੀ ਪੇੜ ਪੌਦੇ ਨੇ, 21 ਲੱਖ ਆਪਣੇ ਜਿਹੜੇ ਮੁੜਕੇ ਤੋਂ ਪੈਦਾ ਹੁੰਦੇ ਨੇ ਜਰਾਸੀਮ, ਇਹ 84 ਲੱਖ ਜੂਨ 'ਚ ਵੀ ਸਾਰੇ ਕਿਤੇ ਰੱਬ ਹੈ। ਵੀ ਉਹਦਾ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਵੀ ਉੱਧਰ ਪੈਰ ਕਰਤੇ ਵੀ ਮੱਕਾ ਘੁੰਮਿਆ ਜ਼ਰੂਰ ਹੈ, ਮੱਕਾ ਜਾ ਕੇ ਦੇਖ ਲਓ, ਮੱਕੇ ਮਦੀਨੇ ਮੁਸਲਮਾਨ ਵੀ ਮੰਨਦੇ ਉਹਨੂੰ ਸਭ ਕੁਛ। ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਓਏ ਗੰਗੂ ਪਾਪੀਆ ਵੇ ਹਥਿਆਰਿਆ, ਓਏ ਗੰਗੂ ਪਾਪੀਆ ਵੇ ਹਥਿਆਰਿਆ। ਦੋ ਦਿਨ ਕੱਟਣ ਆਏ ਤੇਰੇ ਦੁਆਰੇ ਤੇ, ਦੋ ਦਿਨ ਕੱਟਣ ਆਏ ਤੇਰੇ ਦੁਆਰੇ ਵੇ, ਉਜੜੇ ਫਿਰਦੇ ਏ ਕਿਸਮਤ ਦੇ ਮਾਰੇ ਵੇ, ਉਜੜੇ ਫਿਰਦੇ ਏ ਕਿਸਮਤ ਦੇ ਮਾਰੇ ਵੇ, ਕਾਨੂੰ ਏ ਜਿੰਦਾ ਤੇਰੇ ਹੱਥ ਚੜੀਆਂ ਵੇ, ਕਾਨੂੰ ਏ ਜਿੰਦਾ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਰਕੇਸ਼ ਕੁਮਾਰੀ। ਤੁਹਾਡੀ ਸੰਸਥਾ ਦਾ ਨਾਮ? ਮੈਂ ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਆਈ ਹਾਂ ਚੰਡੀਗੜ੍ਹ। ਜਿਹੜਾ ਖੂਨਦਾਨ ਦਾ ਕੈਂਪ ਲੱਗਿਆ ਇਹ, ਇਸ ਬਾਰੇ ਥੋੜ੍ਹਾ ਦੱਸੋ। ਇਹ ਲਗਾਇਆ ਬਠਿੰਡਾ ਤੋਂ ਸਰੀਨਸਰ, ਮੋਰਿੰਡਾ ਵਾਲੇ ਸਰੀਨਸਰ ਹੈਗੇ ਸਾਡੇ, ਇਹਨਾਂ ਨੇ ਔਰਗਨਾਈਜ਼ ਕੀਤਾ ਹੈਗਾ ਇਹ, ਔਰ ਸਾਡੇ ਰੈੱਡ ਕਰਾਸ ਵੱਲੋਂ ਆਲਰੇਡੀ 2 ਕੈਂਪ ਹੋਰ ਚੱਲ ਰਹੇ ਹੈ, 3 ਕੈਂਪ ਲੱਗੇ ਹੋਏ ਹੈ ਇਹਨਾਂ ਦੇ। ਅਤੇ ਹੁਣ ਤੱਕ ਕਿੰਨੇ ਯੂਨਿਟ ਖੂਨ ਜਿਹੜਾ? 3 ਦਿਨਾਂ ਤੋਂ ਲਗਾਤਾਰ ਕੈਂਪ ਹੈ, 231 ਯੂਨਿਟ ਸਾਡੇ ਹੋ ਚੁੱਕੇ, ਠੀਕ ਹੈ ਨਾ, 231 ਯੂਨਿਟ ਹੋ ਗਏ ਸਾਡੇ, ਕਨਫਰਮ ਹੈ ਇਹ, ਔਰ ਸਾਡਾ ਕੱਲ੍ਹ ਵੀ ਕੈਂਪ ਹੈ ਇੱਥੇ ਫਿਲਹਾਲ। ਨਹੀਂ, ਸਾਡਾ ਹਰ ਸਾਲ ਲੱਗਦਾ ਹੈ ਸਰ ਕੈਂਪ, ਹਰ ਸਾਲ ਲੱਗਦੇ ਹੈ। ਅਤੇ ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਸਰਟੀਫਿਕੇਟ ਦੇ ਕੇ, ਔਰ ਡੋਨਰਾਂ ਨੂੰ ਜਿਹੜੇ ਉੱਧਰ ਕੈਂਪ ਡਿਸਟ੍ਰਿਕਟ ਬ੍ਰਾਂਚ ਵਿੱਚ ਲੱਗਿਆ, ਇੱਕ ਮਾਤਾ ਗੁਜਰੀ ਕਾਲਜ ਵਿੱਚ ਲੱਗਿਆ, ਉਹਨਾਂ ਕੈਂਪਾਂ ਵਿੱਚ ਅਸੀਂ ਆਪਣੀ ਰਿਫਰੈਸ਼ਮੈਂਟ ਵੀ ਦਿੱਤੀ ਹੋਈ ਹੈ। ਮੈਂ ਇਹ ਕਹੂੰਗੀ ਹਰ ਇੱਕ ਬੰਦੇ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ, ਪਤਾ ਨਹੀਂ ਪਰਮਾਤਮਾ ਕਿਸ ਨੂੰ ਕਿਹੜੇ ਵੇਲੇ ਜ਼ਰੂਰਤ ਪਾ ਦੇਵੇ ਬਲੱਡ ਦੀ, ਪਰ ਜਦੋਂ ਵੀ ਲੋਕ ਦੁਖੀ ਹੁੰਦੇ ਹੈ ਤਾਂ ਰੈੱਡ ਕਰਾਸ ਨੂੰ ਜ਼ਰੂਰ ਅਪਰੋਚ ਕਰਦੇ ਹੈ, ਖਾਸ ਕਰ ਮੈਨੂੰ ਕਰਦੇ ਹੈ। ਮੈਂ ਲੋਕਾਂ ਨੂੰ ਅੱਧੀ ਰਾਤ ਵੀ ਬਲੱਡ ਡੋਨੇਟ ਜਿਹੜੇ ਕਰਦੇ ਹੈ ਉਹਨਾਂ ਨੂੰ ਫੋਨ ਕਰਕੇ, ਜਿਹੜੇ ਜ਼ਰੂਰਤਮੰਦਾਂ ਨੂੰ ਬਲੱਡ, ਹਰ ਹੋਸਪਿਟਲ PGI 16 ਔਰ 32 ਜਾਂ
ਠੀਕ ਹੈ ਸਰ, ਮੈਂ ਰੈੱਡ ਕ੍ਰਾਸ ਵੱਲੋਂ ਆਪਣਾ ਨੰਬਰ ਦਿੰਦੀ ਹਾਂ 9814913466। ਮੇਰਾ ਨਾਮ ਜਗਸੀਰ ਸਿੰਘ ਹੈ ਜੀ। ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਅਸੀਂ ਕਹਿ ਰਹੇ ਹਾਂ ਕਿ ਮਹਾਰਾਜ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦਾ ਅਸੀਂ ਦੇਣਾ ਦੇ ਨਹੀਂ ਸਕਦੇ। ਸਿੱਖ ਕੌਮ 'ਤੇ ਬਹੁਤ ਵੱਡੀ ਉਹਨਾਂ ਦੀ ਦੇਣ ਆ ਗਈ ਸਾਡੇ ਸਿੱਖ ਧਰਮ ਦੇ ਲਈ। ਸਾਰੀ ਸੰਗਤ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਹੁੰਮਾ ਹੁਮਾ ਕੇ ਪਹੁੰਚ ਰਹੀ ਹੈ, ਸਰਧਾ ਦੇ ਫੁੱਲ ਭੇਟ ਕਰ ਰਹੀ ਆ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ। ਅਤੇ ਸਾਰਿਆਂ ਨੂੰ ਕਹਿਣਾ ਕਿ ਬਹੁਤ ਪਿਆਰ ਸਤਿਕਾਰ ਦੇ ਨਾਲ ਜਿਸ ਤਰ੍ਹਾਂ ਪ੍ਰਬੰਧ ਕਰੇ ਨੇ ਪ੍ਰਸ਼ਾਸਨ ਨੇ, ਉਹਨਾਂ ਦਾ ਸਾਥ ਦੇਣਾ ਚਾਹੀਦਾ ਗਾ ਅਤੇ ਆਪਣੇ ਗੁਰੂ ਘਰ ਨੂੰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ। ਧੰਨਵਾਦ ਜੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰਾ ਸਿਰ ਨਾ ਫੂਕਣ ਪਿੰਡ ਬੱਚਾ ਸੁਖਮਨ ਸਿੰਘ ਮਿਲਦਾ ਹੈ ਤਾਂ ਕਿਰਪਾ ਕਰਕੇ ਸੂਚਨਾ ਕੇਂਦਰ ਵਿੱਚ ਸੰਪਰਕ ਕੀਤਾ ਜਾਵੇ। ਸੁਖਮਨ ਸਿੰਘ ਪੁੱਤਰ ਲਖਵੀਰ ਸਿੰਘ ਦੁਰਗਾਪੁਰ ਤਰਨ ਤਾਰਨ ਤੋਂ। ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਕਿ ਜੋੜ ਮੇਲਾ ਲੱਗਿਆ ਉੱਥੇ ਸਮਾਧਾਨ ਕੇਂਦਰ ਲੋਕਾਂ ਦੇ ਲਈ ਬਣਾਇਆ ਗਿਆ ਤਾਂ ਜਿੱਧਰ ਕਿ ਜਿਵੇਂ ਦੇਖ ਸਕਦੇ ਆਪਾਂ ਮੈਡੀਕਲ ਕੇਂਦਰ, ਸੂਚਨਾ ਕੇਂਦਰ, ਪੁਲਿਸ ਕੇਂਦਰ ਹੈ ਤਾਂ ਉਹ ਇਹਨਾਂ ਨਾਲ ਗੱਲ ਕਰਵਾਉਂਦੇ ਅਤੇ ਪੁੱਛਦੇ ਆ ਕਿ ਲੋਕਾਂ ਦੀ ਸੁਰੱਖਿਆ ਲਈ ਅਤੇ ਸਾਰੀ ਚੀਜ਼ਾਂ ਲਈ ਕੀ ਪ੍ਰਬੰਧ ਕੀਤੇ ਗਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਵੇਲ ਸਿੰਘ, ਮੈਂ ਬਲਾਕ ਆਫਿਸਰ ਹੈ ਪ੍ਰਾਇਮਰੀ ਸਿੱਖਿਆ ਤੋਂ ਮੰਡੀ ਗੋਬਿੰਦਗੜ੍ਹ। ਹਾਂਜੀ, ਅਸੀਂ ਜਿਹੜਾ ਇਹ ਸੂਚਨਾ ਕੇਂਦਰ 'ਤੇ ਡਿਊਟੀ ਆ ਸਾਡੀ, ਅਤੇ ਕੋਈ ਵੀ ਜਿਹੜੇ ਬਾਹਰੋਂ ਸੰਗਤ ਆ ਰਹੀ ਹੈ ਉਹਨਾਂ ਦੀ ਸਹੂਲਤ ਲਈ ਜਿਵੇਂ ਮੈਡੀਕਲ ਦਾ ਵੀ ਅਸੀਂ ਨਾਲ ਇਹਦੇ ਪ੍ਰਬੰਧ ਕੀਤਾ, ਦਵਾਈਆਂ ਵਗੈਰਾ ਡਾਕਟਰ ਸਾਹਿਬ ਬੈਠੇ ਨੇ, ਅਤੇ ਜਾਂ ਕਿਸੇ ਦਾ ਕੋਈ ਸਮਾਨ ਗੁੰਮ ਹੁੰਦਾ ਹੈ ਜਾਂ ਕਿਸੇ ਦਾ ਪਰਿਵਾਰਕ ਮੈਂਬਰ ਵਿਛੜ ਜਾਂਦਾ ਜਾਂ ਕਿਸੇ ਨੂੰ ਕੋਈ ਰਹਿਣ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਕਿਸੇ ਥਾਂ ਬਾਰੇ ਇੱਥੇ ਆ ਕੇ ਫਤਿਹਗੜ੍ਹ ਸਾਹਿਬ 'ਚ ਆ ਕੇ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਜਾਣਾ ਕਿੱਥੇ ਕਿੱਥੇ ਹੈ, ਕਿਹੜੀਆਂ ਕਿਹੜੀਆਂ ਇਤਿਹਾਸ ਨਾਲ ਸੰਬੰਧਿਤ ਥਾਵਾਂ ਨੇ, ਉਹਨਾਂ ਬਾਰੇ ਅਸੀਂ ਪੈਂਫਲਟ ਵੀ ਹੈ ਜਿਹੜਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਫ੍ਰੀ ਆਫ ਕੋਸਟ। ਦਵਾਈ ਵੀ ਅਸੀਂ ਫ੍ਰੀ ਆਫ ਕੋਸਟ ਸਾਡੇ ਡਿਸਟ੍ਰਿਕਟ ਵੱਲੋਂ ਦੇ ਰਹੇ ਹਾਂ, ਅਤੇ ਬਾਕੀ ਜਿਵੇਂ ਕੋਈ ਚੋਰੀ ਹੋ ਗਈ ਜਾਂ ਕਿਸੇ ਦਾ ਕੋਈ ਸਮਾਨ ਸਾਡੇ ਕੋਲ ਵੀ ਡਿੱਗਿਆ ਸਮਾਨ ਵੀ ਸਾਡੇ ਕੋਲ ਸੇਵਾ ਕੇਂਦਰ 'ਤੇ ਆ ਜਾਂਦਾ, ਉਹ ਵੀ ਅਸੀਂ ਅਨਾਊਂਸਮੈਂਟ ਰਾਹੀਂ ਕਿਵੇਂ ਨਾ ਕਿਵੇਂ ਪ੍ਰਬੰਧ ਕਰਦੇ ਹਾਂ ਵੀ ਉਹ ਅਗਲੇ ਤੱਕ ਪਹੁੰਚ ਸਕ। ਥੈਂਕ ਯੂ। ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਅੱਜ ਦਾ ਦਿਹਾੜਾ ਹੈ ਉਹ ਬਹੁਤ ਜਿਹਨੂੰ ਕਹਿ ਦਈਏ ਵੀ ਸ਼ਹੀਦੀਆਂ ਭਰਿਆ ਦਿਹਾੜਾ ਹੈ। ਸਾਡੇ ਉਹਨਾਂ ਬਾਬਾ ਜੀ ਉਹਨਾਂ ਦਾ ਦਿਨ ਹੈ ਅੱਜ, ਹੈਗੇ ਛੋਟੇ ਸੀ ਪਰ ਉਹ ਸਾਡੇ ਲਈ ਬਾਬਾ ਜੀ ਨੇ, ਅਤੇ ਕਿਉਂਕਿ ਸਾਡੇ ਧਰਮ ਨੂੰ ਬਚਾਉਣ ਵਾਲੇ ਹੀ ਉਹ ਨੇ, ਅਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਸੰਗਤਾਂ ਨੂੰ ਵੀ ਜੇ ਕੋਈ ਇੱਥੇ ਨਹੀਂ ਆਇਆ ਤਾਂ ਜ਼ਰੂਰ ਨਾਮ ਇੱਥੇ ਮੱਥਾ ਟੇਕਣ ਆਵੇ ਅਤੇ ਦਰਸ਼ਨ ਕਰਨ ਆਵੇ ਇਸ ਥਾਂ ਦੇ, ਅਤੇ ਜਿਹੜੀ ਦੁਨੀਆ ਦੀ ਪਵਿੱਤਰ ਥਾਂ ਹੈ ਉਹ ਇਹ ਫਤਿਹਗੜ੍ਹ ਸਾਹਿਬ। ਅਤੇ ਲੋਕਾਂ ਲਈ ਜਿਹੜੀ ਸੁਰੱਖਿਆ ਲਈ ਉਹ ਕੀ ਪ੍ਰਬੰਧ ਕੀਤਾ ਗਿਆ? ਲੋਕਾਂ ਲਈ ਸੁਰੱਖਿਆ ਲਈ ਥਾਂ ਥਾਂ 'ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹ ਤੈਨਾਤ ਨੇ, ਅਸੀਂ ਵਲੰਟੀਅਰ ਲਈ ਵੀ ਕਾਲਜ ਵਗੈਰਾ ਤੋਂ ਜਿਹੜੇ ਲਏ ਹੋਏ ਨੇ ਬੱਚੇ ਜਿਹੜੇ ਵਲੰਟੀਅਰ ਸੇਵਾ ਕਰ ਰਹੇ ਨੇ ਉਹ ਵੀ ਗਾਈਡ ਕਰ ਰਹੇ ਨੇ ਲੋਕਾਂ ਨੂੰ,
ਅਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹ ਵੀ ਥਾਂ ਥਾਂ ਤੈਨਾਤ ਨੇ, ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ। ਜਦੋਂ ਇੱਥੇ ਆ ਗਿਆ ਅਤੇ ਅਸੀਂ ਉਹਦੀ ਹਰ ਜਿਹਨੂੰ ਕਹਿ ਦਈਏ ਵੀ ਉਹਦੇ ਮਾਲ ਜਾਨ ਦੇ ਰੱਖਿਆ ਲਈ ਅਸੀਂ ਹਰ ਟਾਈਮ ਤਤਪਰ। ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀ, ਪੋਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ। ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀ, ਪੋਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ। ਛੱਡ ਗਏ ਸਰੀਰ ਨੀਹਾਂ 'ਚ ਸਮਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਪੋਤਿਆਂ ਦਾ ਜੋੜਾ ਨੀਹਾਂ 'ਚ ਖਲੋ ਗਿਆ, ਪੋਤਿਆਂ ਦਾ ਜੋੜਾ ਨੀਹਾਂ 'ਚ ਖਲੋ ਗਿਆ। ਵੱਡੇ ਨਾਲੋਂ ਪਹਿਲਾਂ ਛੋਟਾ ਓਲੇ ਹੋ ਗਿਆ, ਵੱਡੇ ਨਾਲੋਂ ਪਹਿਲਾਂ ਛੋਟਾ ਓਲੇ ਹੋ ਗਿਆ, ਵੱਡੇ ਨਾਲੋਂ ਪਹਿਲਾਂ ਛੋਟਾ ਓਲੇ ਹੋ ਗਿਆ। ਡਿੱਗੀ ਸੀ ਦੀਵਾਰ ਦੋਵੇਂ ਥੱਲੇ ਆ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਡਿੱਗੀ ਸੀ ਦੀਵਾਰ ਦੋਵੇਂ ਥੱਲੇ ਆ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਬਾਰ ਬਾਰ ਡਿੱਗੀ ਸੀ ਦੀਵਾਰ ਜ਼ੋਰ ਦੀ, ਬਾਰ ਬਾਰ ਡਿੱਗੀ ਸੀ ਦੀਵਾਰ ਜ਼ੋਰ ਦੀ। ਜ਼ਾਲਮਾਂ ਦੇ ਅੱਗੇ ਜਿਵੇਂ ਹੱਥ ਜੋੜਦੀ, ਜ਼ਾਲਮਾਂ ਦੇ ਅੱਗੇ ਜਿਵੇਂ ਹੱਥ ਜੋੜਦੀ, ਜ਼ਾਲਮਾਂ ਦੇ ਅੱਗੇ ਜਿਵੇਂ ਹੱਥ ਜੋੜਦੀ। ਹੱਸਦੇ ਸੀ ਲਾਲ ਮੌਤ ਨੂੰ ਰਵਾ ਗਏ, ਹੱਸਦੇ ਸੀ ਲਾਲ ਮੌਤ ਨੂੰ ਰਵਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਦਮ ਘੁੱਟਿਆ ਸੀ ਤਾਂ ਬੇਹੋਸ਼ ਹੋ ਗਏ, ਦਮ ਘੁੱਟਿਆ ਸੀ ਤਾਂ ਬੇਹੋਸ਼ ਹੋ ਗਏ। ਗੂੰਜਦੇ ਜੈਕਾਰੇ ਸੀ ਖਾਮੋਸ਼ ਹੋ ਗਏ, ਗੂੰਜਦੇ ਜੈਕਾਰੇ ਸੀ ਖਾਮੋਸ਼ ਹੋ ਗਏ, ਗੂੰਜਦੇ ਜੈਕਾਰੇ ਸੀ ਖਾਮੋਸ਼ ਹੋ ਗਏ। ਧਰਤੀ ਤੇ ਸਿੱਖੀ ਦੀਆਂ ਗੂੰਜਾਂ ਪਾ ਗਏ, ਧਰਤੀ ਤੇ ਸਿੱਖੀ ਦੀਆਂ ਗੂੰਜਾਂ ਪਾ ਗਏ। ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ।
ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲਓ ਹਾਲ ਜੀ, ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ।